सफा स्टार्ट किसी कविता नवी पुरानी तहजीब तहजीब मीन्स लियाकत सभ्यता तहजीब का अर्थ है सभ्यता लियाकत जवानी बचपन एक बार निकल जाए वो समा वापस नहीं आता। बचपन बीत गया वापस मुड़ के बचपन नहीं लगना। जवानी का समा निकल गया जवानी दोबारा नहीं आने। इसे तरह ही दरियावां दे पानी जड़े बगदे हन निकल जांदे हन ओह पत्तना ते दुबारा नहीं आंदे। पत्तन ना पत्तना ते दाने कह गए दाने भी सियाने लोग कह गए ने। सेकंड पैरेज किता तदबीर लियावे किवें तकदीर जो लै गई जो किस्मत ने साडे तो खो लिया ओह कोशिश करन ते योजना बनाउन ते स्कीमां बनाउन ते दुबारा उठ करन ते नहीं आंदा। अपना काम करवा ले आई सी पर उन्हें कब्जा ही कर लिया।
ਪੱਛਮੀ ਸਭਿਅਤਾ ਆਪਣੇ ਕੰਮ ਲਈ ਆਪਣੇ ਮਤਲਬ ਲਈ ਆਈ ਸੀ ਪਰ ਉਹਨੇ ਕਬਜ਼ਾ ਕਰ ਲਿਆ ਇੱਥੇ ਆਪਣਾ ਪ੍ਰਭਾਵ ਜ਼ਿਆਦਾ ਛੱਡ ਦਿੱਤਾ। ਆਈ ਅਗਲੈਨ ਘਰ ਦੀ ਮਾਲਕ ਬਣ ਬੈਠੀ ਇੱਕ ਖਾਨ ਹੈ। ਅਗਲੈਨ ਆਈ ਆ ਕੇ ਘਰ ਪਾ ਬੈਠੀ। ਇਹ ਖਾਨ ਉਸ ਸਮੇਂ ਤੇ ਵਰਤਦੇ ਹਾਂ ਜਦੋਂ ਕੋਈ ਕਿਸੇ ਕੰਮ ਲਈ ਆਵੇ ਪਰ ਘਰ ਦਾ ਮਾਲਕ ਵੀ ਬਣ ਜਾਵੇ ਆਪਣਾ ਪ੍ਰਭਾਵ ਜ਼ਿਆਦਾ ਛੱਡ ਦੇਵੇ। ਇਹ ਕਿੰਨੇ ਕੀਤਾ ਅੰਗਰੇਜ਼ੀ ਸਭਿਅਤਾ ਨੇ ਪੱਛਮੀ ਸਭਿਅਤਾ ਨੇ ਜੋ ਕਿ ਆਪਣੇ ਕੰਮ ਲਈ ਆਈ ਪਰ ਆਪਣਾ ਪ੍ਰਭਾਵ ਜ਼ਿਆਦਾ ਛੱਡ ਦਿੱਤਾ। ਕਵੀ ਇਹ ਅਸਲੀਅਤ ਕਹਿਣ ਤੋਂ ਬਿਲਕੁਲ ਨਹੀਂ ਚੁੱਕਦਾ ਕਿ ਪੁਰਾਣੀ ਤਹਿਜ਼ੀਬ ਜਿਹੜੀ ਸੀ ਉਹ ਦੁੱਧ ਵਾਂਗ ਸੀ। ਭਾਰਤ ਦਾ ਸਾਊ ਗੁਣਾ ਸਭ ਰਿੰਨ ਕੇ ਖਾ ਬੈਠੀ ਕੌਣ ਨਵੀਂ ਤਹਿਜ਼ੀਬ ਜਿਹੜੀ ਭਾਰਤ ਦੇ ਵਿੱਚ ਸ਼ਰਾਫਤ ਸੀ ਸਾਦਗੀ ਸੀ ਸੁਚਮਤਾ ਸੀ ਉਹ ਕਿੰਨੇ ਰਿੰਨ ਕੇ ਖਾ ਲਈ ਪੱਛਮੀ ਸਭਿਅਤਾ ਖਾ ਗਈ ਹੈ। ਨੈਕਸਟ ਜੋ ਅੱਜ ਤੱਕ ਨਹੀਂ ਆਖੀ ਉਹ ਆਖੀ ਜਾਣੀ ਹੈ। ਧਿਆਨ ਨਾਲ ਲਾਈਨ ਸੁਣੋ ਜੋ ਅੱਜ ਤੱਕ ਨਹੀਂ ਆਖੀ ਉਹ ਆਖੀ ਜਾਣੀ ਹੈ। ਕਹਿੰਦੇ ਜਿਹੜੀ ਤਹਿਜ਼ੀਬ ਬਹੁਤ ਹੀ ਸਾਫ਼ ਸੁਥਰੀ ਸੀ ਉਹਦੇ ਤੇ ਅੰਗਰੇਜ਼ੀ ਸਭਿਅਤਾ ਦਾ ਪੱਛਮੀ ਸਭਿਅਤਾ ਦਾ ਅਜਿਹਾ ਪ੍ਰਭਾਵ ਪਿਆ ਕਿ ਇਹ ਗੱਲਾਂ ਹੁਣ ਕਹਿਣੀਆਂ ਪੈ ਗਈਆਂ ਕਿ ਕਿਤੇ ਪੰਖ ਲਾ ਕੇ ਉੱਡ ਗਈ ਪੁਰਾਣੀ ਤਹਿਜ਼ੀਬ ਉਹ ਦੁੱਧ ਦੀ ਬਰਕਤ ਇਹ ਫੁੱਟ ਦਾ ਪਾਣੀ। ਲਿਸਨ ਉਹ ਦੁੱਧ ਦੀ ਬਰਕਤ ਇਹ ਫੁੱਟ ਦਾ ਪਾਣੀ ਇਹਦਾ ਭਾਵ ਕੀ ਹੈ ਪੁਰਾਣੀ ਤਹਿਜ਼ੀਬ ਮੇਲ ਮਿਲਾਪ ਵਾਲੀ ਦੁੱਧ ਦੀ ਬਰਕਤ ਖੁਸ਼ਹਾਲੀ ਦਾ ਪ੍ਰਤੀਕ ਸਾਂਝ ਦਾ ਪ੍ਰਤੀਕ ਭਾਈਚਾਰੇ ਦੀ ਭਾਵਨਾ ਦਾ ਪ੍ਰਤੀਕ ਤੇ ਅੱਜ ਦੀ ਤਹਿਜ਼ੀਬ ਬੋਲੋ ਬੱਚੇ ਨਵੀਂ ਤਹਿਜ਼ੀਬ ਫੁੱਟ ਦਾ ਕਾਰਨ ਆਪਸੀ ਲੜਾਈ ਝਗੜਿਆਂ ਦਾ ਕਾਰਨ ਬਣੀ ਫੁੱਟ ਦਾ ਪਾਣੀ ਆਪਸ ਵਿੱਚ ਲੜਾਈ ਝਗੜੇ ਪੈਦਾ ਹੋ ਗਏ। ਲੜਾਈ ਝਗੜੇ ਕਾਹਦੇ ਪੈਦਾ ਹੋਏ ਆਪਣੇ ਹੱਥਾਂ ਦੇ ਪੈਸੇ ਦੀ ਦੌੜ ਵੀ ਸ਼ਾਮਲ ਹੋ ਗਏ ਸਵਾਰਥ ਆ ਗਿਆ ਜ਼ਿੰਦਗੀ ਵਿੱਚ ਸਵਾਰਥ ਆ ਗਿਆ ਉਹ ਪਿਆਰ ਵਾਲੇ ਰਿਸ਼ਤੇ ਨਹੀਂ ਰਹੇ ਜਿੱਥੇ ਕਿ ਇੱਕ ਜੀ ਕਮਾਉਂਦਾ ਸੀ ਸਾਰਾ ਟੱਬਰ ਖੁਸ਼ ਹੋ ਕੇ ਖਾਂਦਾ ਸੀ। ਲਾਸਟ ਇਹ ਇੱਕ ਪੈਰਾ ਹੋਰ ਕਰ ਲਈਏ ਉਹ ਪੁਰਾਣੀ ਤਹਿਜ਼ੀਬ ਕਿਹੜੀ ਸੀ ਜਿਹੜੀ ਵੀਰ ਮਨਾਉਂਦੀ ਸੀ ਅੱਜ ਵੀਰ ਲੜਾਉਂਦੀ ਹੈ ਜਿਹੜੀ ਭਰਾਵਾਂ ਨੂੰ ਆਪਸ ਵਿੱਚ ਜੋੜਦੀ ਸੀ ਅੱਜ ਦੀ ਤਹਿਜ਼ੀਬ ਭਰਾਵਾਂ ਨੂੰ ਆਪਸ ਵਿੱਚ ਲੜਾਉਂਦੀ ਹੈ। ਠੀਕ ਹੈ ਨੈਕਸਟ ਉਹ ਛਾਵੇਂ ਸੁੱਟਦੀ ਸੀ ਇੱਕ ਇੱਕ ਲਾਈਨ ਦਾ ਮੀਨਿੰਗ ਦੇਖੋ ਉਹ ਛਾਵੇਂ ਸੁੱਟਦੀ ਸੀ ਇਹ ਸੁੱਕਣੇ ਪਾਉਂਦੀ ਹੈ। ਛਾਵੇਂ ਸੁੱਟਣ ਦਾ ਭਾਵ ਹੈ ਕਿ ਉਹ ਜੀ ਛਾਵਾਂ ਕਰਦੀ ਸੀ ਪੁਰਾਣੀ ਤਹਿਜ਼ੀਬ ਘਰ ਆਏ ਮਹਿਮਾਨਾਂ ਨੂੰ ਰੱਬ ਦਾ ਰੂਪ ਸਮਝ ਕੇ ਹੱਥੀ ਛਾਵਾਂ ਕਰਦੀ ਸੀ ਪਰ ਅੱਜ ਦੀ ਤਹਿਜ਼ੀਬ ਨਵੀਂ ਤਹਿਜ਼ੀਬ ਸਭ ਨੂੰ ਤੰਗ ਕਰਦੀ। ਸੁੱਕਣੇ ਪਾਉਣਾ ਦਾ ਕੀ ਮਤਲਬ ਹੈ ਤੰਗ ਕਰਨਾ ਸੁੱਕਣੇ ਪਾਉਣਾ ਤੰਗ ਕਰਦੀ ਹੈ ਟੋਰਚਰ ਕਰਦੀ ਹੈ ਮਜ਼ਾਕ ਬਣਾਉਂਦੀ ਹੈ ਕਿਸੇ ਦਾ। ਪੁਰਾਣੀ ਤਹਿਜ਼ੀਬ ਕੀ ਸੀ ਵੀਰ ਮਨਾਉਂਦੀ ਸੀ ਭਰਾਵਾਂ ਨੂੰ ਭਰਾਵਾਂ ਨਾਲ ਜੋੜਦੀ ਸੀ ਉਹ ਇੱਕ ਦੂਜੇ ਦੀ ਬਾਂਹ ਸਨ ਸਾਥ ਦਿੰਦੇ ਸਨ ਪਰ ਅੱਜ ਦੀ ਜਿਹੜੀ ਤਹਿਜ਼ੀਬ ਹੈ ਭਰਾਵਾਂ ਨੂੰ ਆਪਸ ਵਿੱਚ ਲੜਾਉਂਦੀ। ਨੈਕਸਟ ਉਸ ਵਿੱਚ ਇੱਕ ਕਰਦਾ ਸੀ ਸਾਰਾ ਟੱਬਰ ਖਾਂਦਾ ਸੀ ਇੱਕ ਸਮਾਂ ਸੀ ਜਦੋਂ ਘਰ ਦਾ ਇੱਕ ਜੀ ਕਮਾਉਂਦਾ ਸੀ ਸਾਰੇ ਘਰ ਦੇ ਜੀ ਪਿਆਰ ਨਾਲ ਬੈਠ ਕੇ ਖਾਂਦੇ ਸਨ ਕਿਸੇ ਨੂੰ ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ ਨਹੀਂ ਸੀ ਥੋੜੇ ਵਿੱਚ ਵੀ ਗੁਜ਼ਾਰਾ ਸੀ ਕਿਉਂਕਿ ਪਹਿਲਾਂ ਕੀ ਸੀ ਉੱਚੇ ਸੁੱਚੇ ਵਿਚਾਰ ਸਾਦਾ ਜੀਵਨ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਠੀਕ ਹੈ ਇੱਕ ਜੀ ਕਰਦਾ ਕਮਾਈ ਕਰਦਾ ਸਾਰੇ ਜੀ ਕਰਦੇ ਹੱਸ ਖੇਡ ਕੇ ਜ਼ਿੰਦਗੀ ਬਿਤਾਉਂਦੇ ਸਨ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ ਉਹ ਸਮਾਂ ਆਜ਼ਾਦ ਵਾਤਾਵਰਨ ਵਾਲਾ ਸਮਾਂ ਸੀ ਤੇ ਹਿੰਦੁਸਤਾਨ ਸਾਰਾ ਹੀ ਢੋਲੇ ਗਾਉਂਦਾ ਖੁਸ਼ੀ ਦੇ ਗੀਤ ਗਾਉਣੇ ਢੋਲੇ ਗਾਉਣਾ ਖੁਸ਼ੀ ਦੇ ਗੀਤ ਗਾਉਂਦਾ ਸੀ ਸਾਰੇ ਰਲ ਮਿਲ ਕੇ ਰਹਿੰਦੇ ਸਨ ਪਿਆਰ ਨਾਲ ਰਹਿੰਦੇ ਸਨ। ਠੀਕ ਹੈ ਬੱਚੇ ਇੱਥੋਂ ਤੱਕ ਤੁਸੀਂ ਕਵਿਤਾ ਸਮਝ ਲਈ ਹੈ ਲਿਸਨ
ਕਵਿਤਾ ਦੇ 5 ਪੈਰਾਗ੍ਰਾਫ ਹੋ ਗਏ ਆ ਇਹਨੂੰ ਸਮਝ ਲੈਣਾ ਹੈ ਇਹਦੇ ਅਕੋਰਡਿੰਗ ਵਨ ਮੋਰ ਕੁਐਸਚਨ ਸੈਂਡ ਕਰਾਂਗੀ ਉਹ ਕਰ ਲੈਣਾ ਹੁਣ ਆਪਾਂ ਕਲਾਸ ਤੇ ਸਟਾਰਟ ਕਰੀਏ ਬੀ ਰੈਡੀ ਫॉर ਅ ਟੈਸਟ ਟੇਕ ਆਊਟ ਯੋਰ ਟੈਸਟ ਸ਼ੀਟ ਯੈਸਟਰਡੇ ਫਸਟ ਕੁਐਸਚਨ ਸੈਟੇਡ ਸਤਨਾ ਦੀ ਪਰਫੈਕਟ ਸਾਰੀ ਬੀ ਸੈਟ ਡੀਜੀ ਦੀ ਪਰਫੈਕਟ ਸਾਰੀ 3 ਮਾਰਕਸ ਕੁਐਸਚਨ ਸੈਕੰਡ ਪਾਰਟ ਦੀ ਕੋਆਪਰੇਸ਼ਨ ए सेट है किस समस्या पे ध्यान कसिया है बी सेट का फर्स्ट क्वेश्चन थर्ड पार्ट है व्याकरण सेकंड पार्ट इक्वेशन यस बेटे प्रतीक्षा एनी डाउट प्रतीक्षा मैम एक बार प्रश्न के जो फर्स्ट क्वेश्चन है उसका मतलब बता दो पता नहीं लग रहा किस समस्या पे तीखा बयान दसिया है समाज की कड़ी समस्या ले है ठीक है
हाँ जी मैम, सेकंड क्वेश्चन क्या लिखा है? वो ब्लर आ रहा, स्क्रीन ब्लर आ रही है तो पता नहीं लग रहा। सेकंड क्वेश्चन इज बीजी अपनी बीजी अपनी जमीन जायदाद किसके नाम लौंदा रोक पंदी है? ओके मैम, थैंक यू। थर्ड क्वेश्चन इज online Subin is also present. Yes, please.